UK ਵਿੱਚ ਕਰੋਨਾ ਤਾਲਾਬੰਦੀ ਵਿੱਚ ਦਿੱਤੀ ਜਾ ਰਹੀ ਪੜਾਅ ਬਾ ਢਿਲ ਦੀ ਲੜੀ ਤਹਿਤ ਪ੍ਰਧਾਨ ਮੰਤਰੀ ਬੌਰੀਸ ਜੌਨਸਨ ਨੇ ਸੋਮਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੇ ਹਫ਼ਤੇ ਤੋਂ ਕੈਂਪਸ ਵਿੱਚ ਵਾਪਸ ਜਾਣ ਦੀ ਆਗਿਆ ਦਿੱਤੀ ਜਾਵੇਗੀ ਤਾਲਾਬੰਦੀ ਦੌਰਾਨ 크ਿਸਮਸ ਤੋਂ ਲੈ ਕੇ ਹੁਣ ਤੱਕ ਲਗਭਗ 10 ਲੱਖ ਵਿਦਿਆਰਥੀਆਂ ਨੇ ਆਨਲਾਈਨ ਪੜ੍ਹਾਈ ਨੂੰ ਜਾਰੀ ਰੱਖਿਆ ਹੈ ਪਰ ਹੁਣ ਤਾਲਾਬੰਦੀ ਪਾਬੰਦੀਆਂ ਦੇ ਆਸਾਨ ਹੋਣ ਕਰਕੇ ਉਹ 17 ਮਈ ਤੋਂ ਵਿਅਕਤੀਗਤ ਅਧਿਨ ਦੇ ਲਈ ਯੂਨੀਵਰਸਿਟੀ ਵਾਪਸ ਆ ਸਕਤੇ ਨੇ ਇਸ ਕਦਮ ਦੀ ਕੋਸ਼ਨਾ ਬਾਰਿਸ ਚੌਂਸਨ ਦੁਆਰਾ ਸਰਕਾਰ ਦੇ ਤਾਲਾਬੰਦੀ ਤੋਂ ਬਾਹਰ ਆਉਣ ਦੇ ਰੋਡ ਮੈਪ ਦੇ ਹਿੱਸੇ ਵਜੋਂ ਕੀਤੀ ਗਈ ਹੈ ਕੈਂਪਸ ਵਿੱਚ ਵਾਪਸ ਆਉਣ ਵਾਲੇ ਵਿਦਿਆਰਥੀਆਂ ਨੂੰ ਵਾਇਰਸ ਦੀ ਲਾਗ ਦੇ ਫੈਲਰ ਨੂੰ ਸੀਮਤ ਕਰਨ ਲਈ ਰਿਹਾਈਸ਼ ਨੇ ਯਾਤਰਾ ਤੋਂ ਪਹਿਲਾਂ ਇੱਕ ਕੋਵਿਡ ਟੈਸਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਹਾਲਾਂਕਿ ਜ਼ਿਆਦਾਤਰ ਵਿਦਿਆਰਥੀ ਪਹਿਲਾਂ ਹੀ ਆਪਣੀਆਂ ਯੂਨੀਵਰਸਟੀਆਂ ਦੇ ਪਤੇ ਤੇ ਵਾਪਸ ਆ ਗਏ ਨੇ ਦਫਤਰ ਫੋਰ ਨੈਸ਼ਨਲ ਸਟੈਟਿਸਟਿਕਸ ਵੱਲੋਂ ਪਿਛਲੇ ਹਫਤੇ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਅਨੁਸਾਰ ਇੰਗਲੈਂਡ ਵਿੱਚ 82% ਵਿਦਿਆਰਥੀ ਪਹਿਲਾਂ ਹੀ ਯੂਨੀਵਰਸਟੀਆਂ ਵਿੱਚ ਵਾਪਸ ਆਏ ਸਨ ਹਾਲਾਂਕਿ ਉਹਨਾਂ ਦੀ ਪੜ੍ਹਾਈ ਆਨਲਾਈਨ ਹੀ ਜਾਰੀ ਰਹੀ ਸਾਰੇ ਵਿਦਿਆਰਥੀਆਂ ਵਿੱਚੋਂ ਵਿਗਿਆਪਨ ਅਤੇ ਇੰਜੀਨੀਅਰਿੰਗਸ ਵਿੱਚ ਪ੍ਰੈਕਟੀਕਲ ਕੋਰਸ ਕਰ ਰਹੇ ਅੱਧੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਸਹੂਲਤਾਂ ਅਤੇ ਉਪਕਰਨਾ ਦੀ ਵਰਤੋਂ ਕਰਨ ਲਈ ਜ਼ਰੂਰਤ ਹੁੰਦੀ ਹੈ ਇਸ ਲਈ ਅਜਿਹੇ ਵਿਦਿਆਰਥੀਆਂ ਨੂੰ 8 ਮਾਰਚ ਤੋਂ ਕੈਂਪਸ ਵਿੱਚ ਵਾਪਸ ਜਾਣ ਦਿੱਤਾ ਗਿਆ ਸੀ ਇਸ ਦੇ ਇਲਾਵਾ ਸਿੱਖਿਆ ਵਿਭਾਗ ਨੇ ਮਹਾਮਾਰੀ ਦੇ ਚੱਲਦਿਆਂ ਗ੍ਰੈਜੂਏਟਾਂ ਨੂੰ ਹੁਨਰਮੰਦ ਬਣਾਉਣ ਅਤੇ ਉਹਨਾਂ ਦੇ ਕੈਰੀਅਰ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਕਰਨ ਲਈ ਯੂਨੀਵਰਸਿਟੀਆਂ ਨਾਲ ਤਿਆਰ ਕੀਤੀ ਗ੍ਰੈਜੂਏਟ ਰੋਜ਼ਗਾਰ ਅਤੇ ਹੁਨਰ ਗਾਈਡ ਦੀ ਸ਼ੁਰੂਆਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ